ਅੱਜ ਲੋਕ ਜਵਾਬੇ ਮਾਰਦੇ 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 ਇਸ ਪਾਸਿਓਂ ਆਵਾਜ਼ ਆਉਂਦੀ ਹੈ ਮਾਂ ਦੀ ਸ਼ਾਨ ਬਿਆਨ ਕੀਤੀ ਜਾਏ ਇਦੋਂ ਆਵਾਜ਼ ਆਉਂਦੀ ਹੈ ਮਾਂ ਦੀ ਸ਼ਾਨ ਬਿਆਨ ਕੀਤੀ ਜਾਏ ਮੈਂ ਸਿਆਲਕੋਟ ਦੇ ਕਰੀਬ ਕੀਰਾ ਸੰਧਿਆ ਉੱਥੇ ਬਿਆਨ ਕਰਨ ਵਾਸ ਗਿਆ ਸਾਧ ਬਾਈ ਇੱਕ ਬਾਬਾ ਉੱਠ ਕੇ ਕਹਿੰਦਾ ਨਾ ਦਾ ਵਾਸਤਾ ਨੀ ਪਿਓ ਦਾ ਵੀ ਜ਼ਿਕਰ ਕਰਦੇ ਆ ਜੇ ਮੈਂ ਕਿਹਾ ਬਾਬਾ ਜੀ ਖੈਰ ਕਹਿਣ ਲੱਗਾ ਜਿਹੜਾ ਵੀ ਮੋੜ ਵਿਆਹ ਮਾਂ ਦਾ ਜ਼ਿਕਰ ਕਰਦਾ ਪਿਓ ਨੂੰ ਨੌਕਰੀ ਲਾ ਰਿਹਾ ਮੈਂ ਕਿਹਾ ਮੈਂ ਜਿਹਨੂੰ ਪਿਓ ਦਾ ਜ਼ਿਕਰ ਕਰਾਂਗਾ ਕਿਉਂਕਿ ਸ਼ਾਨ ਮਾਂ ਨੂੰ ਵੀ ਮੁਸਤਫਾ ਦਿੱਤੀ ਸ਼ਾਨ ਬਾਬੇ ਨੂੰ ਵੀ ਮੁਸਤਫਾ ਦਿੱਤੀ ਮੇਰੇ ਨਬੀ ਫਰਮਾਇਆ ਸੀ ਹਾਜ਼ਾ ਜੀ ਸੁਣਿਆ ਫਰਮਾਇਆ ਜੰਨਤ ਦਰਮਿਆਨੀ ਦਰਵਾਜ਼ਾ ਵੇਖਣਾ ਜੇ ਲਜਪਾ ਰੱਬ ਖਾ ਦਿਓ ਫਰਮਾਇਆ ਸੀ ਹਾਜ਼ਾ ਆਪਣੇ ਆਪਣੇ ਘਰਾਂ ਦੇ ਅੰਦਰ ਟੁੱਟ ਜਾਓ ਲਜਪਾ ਦਾ ਘਰਾਂ ਦੇ ਅੰਦਰ ਜੰਨਤ ਦਾ ਦਰਵਾਜ਼ਾ ਕਿਹੜਾ ਫਰਮਾਇਆ ਤੁਹਾਡਾ ਬਾਪ ਜੰਨਤ ਦਾ ਵਿਸ਼ਵਾਸ ਦਾ ਦਰਵਾਜ਼ਾ ਏ ਮੈਂ ਦੱਸ ਕਰਿਆ ਵਾ ਫਰਮਾਇਆ ਅਗਰ ਸ਼ੁਕਰ ਕਰ ਲਵੇਗਾ ਜੰਨਤ ਦਾ ਹੱਕਦਾਰ ਬਣ ਜਾਏਗਾ ਅਗਰ ਨਾ ਫਰਮਾਨੀ ਕਰੇਗਾ ਜੰਨਤ ਦਾ ਹੱਕਦਾਰ ਬਣ ਜਾਏਗਾ ਅੱਜ ਸੁਣ ਮੇਰੇ ਕੋਲੋਂ ਬਾਪ ਦੀ ਸ਼ਾਨ ਬਾਪ ਅਜ਼ਲ ਤੋਂ ਵੱਖਰਾ ਜਿਹੜੇ ਬਾਪ ਬੈਠੇ ਹੋ ਦਸਮਾਨ ਲੱਗਿਆ ਦਿਓ ਅੱਜ ਤਾਂ ਤੁਹਾਡੀ ਗੱਲ ਨੂੰ ਦਿੱਲੀ ਅੱਬੇ ਹੋ ਤੁਸੀਂ ਤੇ ਬੋਲੋ ਜ਼ਰਾ ਰਿਸ਼ਤਾ ਬਾਜ ਬਾਪ ਦੇ ਨਾ ਜਗਤੇ ਬਹਾਰ ਸਾਇਆ ਬੇਸ਼ਕ ਜੰਨਤ ਦਾ ਹੈ ਮਾਂ ਯਾਰਾ ਬਾਬਲ ਬਾਜ ਨਹਾਰ ਸਿੰਗਾਰ ਕੋਈ ਲੋਕ ਪੁੱਛੋ ਨਬੀ ਬੀ ਗਰੀਬ ਕੋਲੋ ਜਾਵੇ ਬਾਪ ਤੇ ਦਿਲ ਦਾ ਵੀ ਪਿਆਰ ਕੋਈ ਨਹੀਂ ਮੇਰੇ ਆਖਾ ਕਰੀ ਵਾਲੀ ਇਸ ਰਾਤੋ ਸਰਾਬ ਦੇ ਗੁਨਾਹ ਮੁਦਰਾ ਸੀਨੇ ਤੇ ਅੱਗ ਰੱਖੋ ਲਜਪਾ ਨਬੀ ਨਬੀ ਆਪ ਨੇ ਆਪਣੇ ਬਾਪ ਨੂੰ ਵੇਖਿਆ ਨਹੀਂ ਹਜ਼ੂਰ ਦਾ ਬਾਬਾ ਦੁਨੀਆ ਤੋਂ ਟੁੱਟ ਗਿਆ ਜਦੋਂ ਮੇਰੀ ਸਰਕਾਰ ਨੇ ਲਾਲੇ ਨਾਲ ਮਦਦ ਫਰਮਾਇਆ ਏ ਹਜ਼ਰਤ ਅਮੀਰ ਅਬਦਾ ਫਰਮਾਉਂਦੇ ਨੇ ਮੈਂ ਸ਼ਿਕਾਰ ਖੇਡਣ ਵਾਸਤੇ ਗਿਆ ਵਾ ਆਪ ਫਰਮਾਉਂਦੇ ਨੇ ਮੈਂ ਹਿਰਨ ਦੇ ਪਿੱਛੇ ਘੋੜਾ ਲਾਇਆ ਮੈਂ ਚਾਹਿਆ ਮੈਂ ਤੀਰ ਮਾਰਾਂ ਹਿਰਨ ਦੌੜਦਿਆਂ ਦੌੜਦਿਆਂ ਰੁਕ ਗਿਆ ਮੇਰੇ ਵੱਲ ਮੂੰਹ ਕਰਕੇ ਕਹਿੰਦਾ ਮੇਰੇ ਹਮਜ਼ਾ ਮੈਨੂੰ ਤੀਰ ਨਾ ਮਾਰੀ ਅਗਰ ਤੀਰ ਮਾਰਨਾ ਏ ਮੁਹੰਮਦ ਮੁਸਤਫਾ ਦੇ ਦੁਸ਼ਮਣ ਨੂੰ ਮਾਰ ਆਪ ਫਰਮਾਉਂਦੇ ਨੇ ਮੈਂ ਜਦੋਂ ਘਰ ਆਇਆ ਵਾ ਖਾਣਾ ਮੇਰੇ ਸਾਹਮਣੇ ਸੁਕਰਾਨੀ ਨੇ ਰੱਖਿਆ ਜਿਨ੍ਹਾਂ ਦੇ ਖਾਣਾ ਰੱਖਦੀ ਏ ਨਾਲ ਰੋਂਦੀ ਏ ਮੈਨੂੰ ਕਹਿੰਦੀ ਆ ਵੀਰੇ ਹਮਜ਼ਾ ਕਿੰਨੀਆਂ ਜ਼ਿਆਦੀਆਂ ਕਰਦੇ ਨੇ ਅੱਜ ਕਦੀ ਅਬਦੁੱਲਾਹ ਜਿੰਦਾ ਹੁੰਦਾ ਮੈਂ ਵੇਖਦੀ ਕਿਵੇਂ ਅਬੂ ਜਾਲ ਕਮਲੀ ਵਾਲੇ ਨੂੰ ਮਾਰਦਾ ਏ ਉੱਥੇ ਰੋਟੀ ਛੱਡੀ ਛੱਡੀ ਹੱਥ ਵਿੱਚ ਕਮਾਨ ਪਕੜਿਆ ਹੋਇਆ ਜਿੱਥੇ ਅਬੂ ਜਾਲ ਬੈਠਾ ਹੋਇਆ ਸੀ ਉੱਥੇ ਜਾ ਕੇ ਕਹਿੰਦੇ ਕੀ ਸਮਝਣਾ ਏ ਮੁਹੰਮਦ ਕੋਈ ਨਹੀਂ ਮੈਂ ਮੁਸਤਫਾ ਦਾ ਚਾਚਾ ਵੀ ਆ ਮੈਂ ਮੁਸਤਫਾ ਦਾ ਨੌਕਰ ਵੀ ਆ ਹਜ਼ਰਤ ਅਮੀਰ ਹਮਜ਼ਾ ਨੇ ਸਰੀਆ ਮਾਰਿਆ ਅਬੂ ਜਾਲ ਦਾ ਸਰ ਦੋ ਟੋਟੇ ਕੀਤਾ ਹੁਣ ਮੇਰੇ ਕਮਰੀ ਵਾਲੇ ਨੂੰ ਤਲਾਸ਼ ਕਰਦੀਆਂ ਕਰਦੀਆਂ ਜਦੋਂ ਖਾਨਾ ਕਾਬਾ ਪਹੁੰਚੇ ਤੁਸੀਂ ਰੋ ਮੈਂ ਰੋਵਾਂ ਗੱਲ ਬਜੋ ਜਦੋਂ ਸਹਰਾ ਦਾ ਬਾਬਾ ਰੋਵੇ ਹਸਨੈਨ ਦਾ ਨਾਨਾ ਰੋਵੇ
ਮਹਿਬੂਬਾ ਨੂੰ ਮਾਰੋ ਹਜ਼ੂਰ ਤੇ ਰੋਂਦੇ ਨੇ ਨੀਲੀ ਸਾਡੀ ਸਮਾਲੀ ਦਾ ਮੇਰਾ ਬਾਪ ਹੁੰਦਾ ਤੇ ਮੈਂ ਦੁੱਖ ਸੁਣਾ ਲੈਂਦਾ ਮੇਰੀ ਮਾਂ ਹੁੰਦੀ ਤੇ ਮੈਂ ਦੁੱਖ ਸੁਣਾ ਲੈਂਦਾ ਮੌਲਾ ਮੈਂ ਤੇਰਾ ਨਾਂ ਲੈਣਾ ਵਾ ਅਗਰ ਮੁਸਤਫਾ ਨੂੰ ਰਾਜ਼ੀ ਕਰਨਾ ਕਰਨਾ ਏ ਮੇਰਾ ਕਲਮਾ ਪੜ੍ਹ ਲੈ ਮੁਹੰਮਦ ਦੀ ਰੂਹ ਤੇਰੇ ਤੇ ਰਾਜ਼ੀ ਹੋ ਜਾਏਗਾ ਮੁਸਲਮ ਵਕਤ ਦੇ ਅੰਦਰ ਇੰਨੀ ਗੁਜ਼ਾਇਸ਼ ਨਹੀਂ ਮੈਂ ਗੱਲ ਨਵੀਂ ਕਰਾਂ ਬਸ ਆਖਰੀ ਬਾਤ ਵਜੋਂ ਦੇ ਨਾਲ ਸੁਣੋ ਲਤਾ ਬਾਈ ਜ਼ਰਾ ਗੌਰ ਕਰਨਾ ਇੱਕ ਨੌਜਵਾਨ ਬੱਚਾ ਮਦੀਨੇ ਦੇ ਚੌਕ ਦੇ ਅੰਦਰ ਰੋ ਰਿਹਾ ਤੇ ਰੋ ਕੇ ਕਹਿੰਦਾ ਕਿ ਇਹ ਬਾਬਾ ਅੱਬੂ ਅੱਜ ਅਗਰ ਤੂੰ ਜ਼ਿੰਦਾ ਹੁੰਦਾ ਜਿਵੇਂ ਬੱਚੇ ਆਪਣੇ ਆਪਣੇ ਬਾਪ ਨਾਲ ਈਦਗਾਹ ਵੱਲ ਜਾ ਰਹੇ ਨੇ ਬਾਬਾ ਮੈਂ ਵੀ ਤੇਰੀ ਉਂਗਲੀ ਪੱਕ ਕੇ ਈਦਗਾਹ ਵੱਲ ਜਾਂਦਾ ਬਾਬਾ ਕੱਪੜੇ ਵੀ ਕੋਈ ਨੀ ਪਾਏ ਬਾਬਾ ਰੋ ਰੋ ਕੇ ਮੇਰੀਆਂ ਅੱਖਾਂ ਲਾਲ ਹੋਈਆਂ ਨੇ ਮੈਨੂੰ ਕਿਸੇ ਚੁੱਪ ਵੀ ਨਹੀਂ ਕਰਾਇਆ ਬਾਬਾ ਆਪਣੇ ਆਪਣੇ ਬਾਪ ਨਾਲ ਈਦਗਾਹ ਵੱਲ ਜਾਂਦੇ ਨੇ ਬਾਬਾ ਜੀ ਮੈਨੂੰ ਤੇਰੀ ਬੜੀ ਜੁਦਾਈ ਯਾਦ ਆ ਰਹੀ ਏ ਸਭ ਪਸੰਦ ਨੇ ਮੀਆਂ ਵਾਲੇ ਉਹ ਯਾਰੋ ਚੁੱਪ ਨਹੀਂ ਜੇ ਕਰਦੇ ਇਧਰੋਂ ਮੇਰਾ ਕਰੀਮ ਨਬੀ ਆਇਆ ਹਜ਼ੂਰ ਨੇ ਵੇਖਿਆ ਬੱਚਾ ਰੋ ਰਿਹਾ ਏ ਮੇਰੇ ਨਬੀ ਦੇ ਕਰੀਬ ਜਾ ਕੇ ਫਰਮਾਇਆ ਕਿਉਂ ਪਿਆਰੋ ਰਾਵੀ ਲਿਖਦਾ ਉਸ ਬੱਚੇ ਨੇ ਕਮਲੀ ਵਾਲੇ ਨੂੰ ਪਛਾਣਿਆ ਨਹੀਂ ਕਹਿੰਦਾ ਸੋਹਣੇ ਸਿਰੇ ਵਾਲਿਆ ਕੀ ਦੱਸਾਂ ਸਾਇਆ ਕੋਈ ਨਹੀਂ ਅਗਰ ਮੇਰਾ ਬਾਬਾ ਜਿੰਦਾ ਹੁੰਦਾ ਨਾ ਆਪਣੇ ਬਾਪ ਦੇ ਨਾਲ ਨਾਲ ਅਜੀਦ ਬਣਵਾ ਸੀਤ ਸਾਡੇ ਸਰ ਜਾਂਦਾ ਹਜ਼ੂਰ ਨੇ ਫਰਮਾਇਆ ਨਾਰੋ ਤੂੰ ਯਤੀਮ ਮੈਂ ਦੁਰੇ ਯਤੀਮ ਨਾ ਦੁਰੇ ਯਤੀਮਾਂ ਮੀਆਂ ਸਭ ਪਸੰਦ ਨੇ ਮਹਿਬੂਬ ਹਬੀਬ ਰੁਬਾਨਾ ਵਾਲੀ ਰੋਜ਼ਾ ਹਸ਼ਰ ਦਾ ਆਪ ਯਤੀਮ ਯਤੀਮਾਂ ਦਾਈ ਹੱਥ ਸਿਰੇ ਬੋਲ ਕਮਾਦੀ ਬੋਲੀ ਨਾ
آج کو ترس جاؤ گے میرے نبی پر میں نارو رو رو کہ سونے میرا باپ دنیا کوئی نہیں حضور فرمایا دنیا لگل جان جان وہ کدی واپس نہیں آئے سال کرنا میں دن چڑیا حضور فرمایا بیٹی زہرا جی بابا فرمایا کہ یتیم لے کے آیا اپنی امت نو سبق دینا چاہنا اگر اگر کوئی یتیم مل جائے سر تے ہاتھ رکھ دیا جے کیا تو پسند کرنا ایسا تیری ماں محمد تیرا باپ زہرا تیرے